ਸੋ ਮੈਂ ਜਸਬਾਜ ਵੀਰ ਨੂੰ ਬੇਨਤੀ ਕਰਦਾ ਜਸ세 ਆ ਮੇਰਾ ਭਰਾ ਜ਼ੋਰਦਾਰ ਤਾੜੀ ਜਸ ਦੇ ਨਾਂ ਦੀ ਇਹ ਸਾਰੇ ਸਾਡੇ ਭਰਾ ਜ਼ਿਮੀਦਾਰ ਭਰਾ ਬਹਿ ਜਾਓ ਬਹਿ ਜਾਓ ਬਹਿ ਜਾਓ ਮੇਰੇ ਭਰਾ ਮੈਨੂੰ ਕਿਹੜੀ ਗਾਉਣ ਵਾਲੀ ਲੱਗੀ ਜਿਹੜੀ ਖਲੋਗੇ ਵੇਖਣੀ ਆ ਬਹਿ ਜਾਓ ਆਪਾਂ ਸੁਣ ਲਈਏ ਇਹ ਮੁੰਡੇ ਨੇ ਬਹੁਤ ਬੰਬ ਬੁਲਾਏ ਆ ਤੇ ਆਓ ਜਸ세 ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਪਹੁੰਚੇ ਹੋਏ ਸਾਰੇ ਸੱਜਣਾ ਮਿੱਤਰਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਇਹ ਵੇਲਾ ਹੈ ਜੇ ਮੇਰਾ ਧੰਨਵਾਦ ਕਰਨ ਨੂੰ ਵੀ ਜੀ ਨਹੀਂ ਕਰਦਾ ਇਹ ਸਾਡਾ ਨਿੱਜੀ ਫਰਜ ਹੈ ਸੋ ਸਾਡੇ ਜਿੰਨੇ ਵੀ ਭਰਾ ਸਾਡੀ ਇੰਡਸਟਰੀ ਅੱਛਾ ਮੈਨੂੰ ਨਹੀਂ ਪਤਾ ਪਹਿਲਾਂ ਇਹ ਗੱਲ ਕਿਸੇ ਨੇ ਕਹੀ ਹੈ ਕਿ ਨਹੀਂ ਕਹੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿਹੜੀ ਜ਼ਿੰਮੇਵਾਰੀ ਪੰਜਾਬ ਦੀ ਸਿਆਸੀ ਪਾਰਟੀਆਂ ਦਾ ਪਾਰਟੀਆਂ ਦੀ ਸੀ ਉਹ ਅਸੀਂ ਸਾਡੇ ਕਲਾਕਾਰ ਭਾਈਚਾਰੇ ਨੇ ਪੂਰੀ ਕੀਤੀ ਹੈ ਕਿਸਾਨ ਜਥੇਬੰਦੀਆਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਤੋਂ ਬਾਅਦ ਜੇ ਕੋਈ ਬੰਦਾ ਸੜਕਾਂ ਤੇ ਆਇਆ ਤਾਂ ਉਹ ਸਾਡੇ ਕਲਾਕਾਰ ਭਰਾ ਨੇ ਜਿਨ੍ਹਾਂ ਨੇ ਯੂਥ ਨੂੰ ਕਿਹਾ ਕਿ ਚੱਲੋ ਸਾਡੇ ਨਾਲ ਕਿਉਂ ਕਿਉਂਕਿ ਹਰੇਕ ਵਾਰੀ ਹਰੇਕ ਵਾਰੀ ਲੱਚਰ ਲਾਣਾ ਕਹਿ ਕੇ ਭੰਡ ਦਿੱਤਾ ਜਾਂਦਾ ਕੋਈ ਵੀ ਪੰਜਾਬ ਚ ਮੁੱਦਾ ਹੋ ਗਿਆ ਚੱਕ ਕੇ ਗਾਉਣੇ ਵਾਲਿਆਂ ਦੇ ਸੜਦੋ ਵੀ ਉਹਦਾ ਗਾਉਣੇ ਵਾਲਿਆਂ ਨੇ ਵਿਗਾੜਤੀ ਇਹ ਤਾਂ ਗਾਉਣੇ ਵਾਲਿਆਂ ਦੇ ਪਿੱਛੇ ਲੱਗੇ ਅੱਜ ਜਾਂ ਇਹ ਕਹਿ ਦਿੱਤਾ ਜਾਂਦਾ ਕਿ ਪੰਜਾਬ ਤਾਂ ਜੀ ਚਿੱਟੇ ਨੇ ਖਾ ਲਿਆ ਜੀ ਪੰਜਾਬ ਤਾਂ ਨਸ਼ੇੜੀ ਹੋ ਗਏ ਨੌਜਵਾਨ ਜਾਂ ਬਾਹਰ ਚਲੇ ਗਏ ਜਿਹੜੇ ਇੱਥੇ ਨੇ ਉਹਨਾਂ ਦੀਆਂ ਉਹਨਾਂ ਦੀਆਂ ਬਾਹਾਂ ਚ ਸੂਈਆਂ ਵੜ ਗਈਆਂ ਆ ਚਾਰ ਪੰਜ ਘੰਟੇ ਇੱਥੇ ਤੁਹਾਨੂੰ ਬੈਠਿਆਂ ਨੂੰ ਹੋ ਗਏ ਕਿਸੇ ਨੂੰ ਲੱਗੀ ਆ ਤੋੜ ਜਾਂ ਕੋਈ ਬੀੜੀ ਸੂਟਾ ਲਾ ਕੇ ਆਇਆ ਸਾਈਡ ਤੇ ਜਾ ਕੇ ਬੈਠੇ ਨੇ ਤਾਂ ਸਾਰੇ ਬੈਠੇ ਨੇ ਇਹ ਬਦਨਾਮ ਕਰਨ ਦੇ ਤਰੀਕੇ ਨੇ ਸੋ ਵੀਰੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਾਂ ਇਹ ਲੜਾਈ ਹੁਣ ਆਰ ਪਾਰ ਦੀ ਹੈ ਰਾਤ ਨੂੰ ਉਹਨਾਂ ਨੇ ਕਹਿਤਾ ਜਿਵੇਂ ਪੰਜਾਬੀ ਅਸੀਂ ਉਹਦੇ ਉਹਦੇ ਦੇ ਉਹਨਾਂ ਨੂੰ ਬੇਨਤੀਆਂ ਕਰਦੇ ਆ ਕਿ ਭਾਈ ਜੀ ਇਹ ਸਾਡੀ ਰਿਕੁਐਸਟ ਹੈ ਤੁਸੀਂ ਜਿਹੜੇ ਹਾਲ ਤੇ ਪੰਜਾਬ ਹੈਗਾ ਰਹਿਣ ਦੋ ਰਹਿਣ ਦੋ ਪਰ ਅਗਲਿਆਂ ਨੇ ਕੀ ਕੀਤਾ ਸੈਨ ਕਰਤੇ ਇਹ ਤਾਂ ਉਹ ਗੱਲ ਹੋ ਗਈ ਵੀ ਅਸੀਂ ਕਿਸੇ ਮੂਰੇ ਹੱਥ ਕੱਢਿਆ ਵੀ ਆ ਹੱਥ ਮਲਾਈਏ ਤੇ ਅਗਲਾ ਥੋੜੇ ਮੂਰੇ ਪਿੱਟ ਕਮਾ ਲਵੇ ਵੀ ਤੁਰਦਾ ਫਿਰਦਾ ਨਜ਼ਰ ਆ ਉਹ ਚੁਣੌਤੀ ਦਿੱਤੀ ਉਹਨਾਂ ਨੇ ਵੀ ਆਜੋ ਹੁਣ ਤਾਂ ਕਰਕੇ ਹੁਣੇ ਲੜਾਈ ਆ ਜਿਹੜੀ ਉਹ ਆਰ ਪਾਰ ਦੀ ਬਣ ਗਈ ਪਰ ਲੜਾਈ ਆਰ ਪਾਰ ਦੀ ਜਰੂਰ ਬਣ ਗਈ ਪਰ ਲੜਾਂਗੇ ਕਿਵੇਂ ਮੇਨ ਮੁੱਦਾ ਇਹ ਆ ਜੋਸ਼ ਬਹੁਤ ਹੈ ਚੱਕਦੇ ਆਂਗੇ ਟੰਕਦੇ ਆਂਗੇ ਮੈਂ ਵੀ ਦੋ ਦਿਨ ਤਿੰਨ ਕਹਿੰਦਾ ਰਿਹਾ ਵਿਧਾਨ ਸਭਾ ਦੇ ਟਰੈਕਟਰ ਬਾੜ ਦੇਾਂਗੇ ਐ ਕਰਦੇ ਆਂਗੇ ਉਹ ਕਰਦੇ ਆਂਗੇ ਪਰ ਹੁਣਾ ਕੁਛ ਨਹੀਂ ਇਦਾਂ ਲੜਾਈ ਆ ਜਿਹੜੀ ਉਹ ਹਮੇਸ਼ਾ ਇਕੱਲੇ ਜੋਸ਼ ਨਾਲ ਨਹੀਂ ਜਿੱਤੀ ਜਾਂਦੀ ਉਹਦੇ ਲਈ ਹੋਸ਼ ਹੋਣਾ ਵੀ ਬਹੁਤ ਜ਼ਰੂਰੀ ਆ ਸਭ ਤੋਂ ਪਹਿਲ ਦੇ ਆਧਾਰ ਤੇ ਜਿਹੜੀਆਂ ਸਰਕਾਰਾਂ ਅੱਜ ਤੁਹਾਨੂੰ ਇਹ ਗੱਲ ਕਹਿੰਦੀਆਂ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆਂ ਤੁਸੀਂ ਚੱਲੋ ਮੂਰੇ ਮੂਰੇ ਅਸੀਂ ਤੁਹਾਡੇ ਪਿੱਛੇ ਪਿੱਛੇ ਆਵਾਂਗੇ ਜੇ ਉਹ ਅੰਦਰੋਂ ਸਾਡੇ ਨਾਲ ਹੁੰਦੇ ਨਾ ਇਹ ਗੱਲ ਸਮਝ ਲਿਓ ਹੁਣ ਜੇ ਉਹ ਅੰਦਰੋਂ ਸਾਡੇ ਨਾਲ ਹੁੰਦੇ ਤਾਂ ਹੁਣ ਤੱਕ ਸੁਪਰੀਮ ਕੋਰਟ 'ਚ ਪਟੀਸ਼ਨ ਪਾ ਦਿੰਦੇ ਬਈ ਇਹ ਕੀ ਐ ਜਿੱਦਾਂ ਕੈਪਟਨ ਸਾਹਿਬ ਨੇ ਪਾਣੀਆਂ ਦੇ ਮੁੱਦੇ ਤੇ ਪਾਇਆ ਸੀ ਨਾ ਵਾਈਐਸਐਲ ਤੇ ਵੀ ਅਸੀਂ ਨਹੀਂ ਮੰਨਦੇ ਤਾਂ ਹੁਣ ਤਾਂ ਸਾਡੀ ਹੋਣ ਦਾ ਮਸਲਾ ਆ ਗਿਆ ਅੱਧਾ ਹੀ ਕਿੱਥੇ ਆਹ ਬਿੱਲ ਐ ਜੀ ਦੋ ਪੇਜਾਂ ਦਾ ਜੇ ਸਾਡੇ ਹਤਾਸ਼ੀ ਹੁੰਦੀ ਪੰਜਾਬ ਗਵਰਨਮੈਂਟ ਜੇ ਸਾਡੇ ਪੱਖ ਦੀ ਹੁੰਦੀ ਤਾਂ ਕੀ ਕਰਦੀ ਕੀ ਜਵਾਬ ਦਿੰਦੀ મોદી ਨੂੰ ਆ ਪਿਆ ਲੈ ਆ ਚੱਕ ਇਹ ਕਿਉਂ ਨਹੀਂ ਹੋਇਆ ਫਿਰ ਉਤੋਂ ਉਤੋਂ ਹੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਲੈਣੀਆਂ ਕੀ ਨੇ ਵੋਟਾਂ ਇਹਨਾਂ ਆ ਮੋਰਚਾ ਇੰਨਾ ਪਰਫਲਤ ਹੋ ਚੁੱਕਿਆ ਨੌਜਵਾਨੀ ਇੰਨੇ ਜੋਸ਼ ਚ ਆ ਗਈ ਇਹਦੇ ਚੋਂ 2022 ਕੱਢਣਾ ਹੋਰ ਕੁਝ ਨਹੀਂ ਹੋਣਾ ਦੇਖਦੇ ਰਹਿ ਜਾਗੇ ਪਰ ਉਹਨਾਂ ਨੇ ਆਪਣੇ ਮਕਸਦ ਜੇ ਉਹ ਕਾਮਯਾਬ ਹੋ ਗਏ ਫਿਰ ਆਪਣੇ ਪੱਲੇ ਕੁਝ ਨਹੀਂ ਬਚਣਾ ਹੈਗਾ ਫਿਰ ਚਲੋ ਅਸੀਂ ਚੜ੍ਹਦੀ ਕਲਾ ਦਾ ਹਮੇਸ਼ਾ ਸੰਬੋਧਨ ਕਰਦੇ ਆ ਸਾਡੀ ਜਿਹੜੀ ਕੌਮ ਹੈ ਦਿਲਦਾਰ ਹੈ ਚੜ੍ਹਦੀ ਕਲਾ ਚ ਰਹਿੰਦੀ ਹੈ ਤੇ ਜਿੰਦਾਦਿਲੀ ਦੀ ਗੱਲ ਕਰਦੀ ਹੈ ਪਰ ਬੜੇ ਦੁੱਖ ਨਾਲ ਕਹਿਣਾ ਚਾਹ ਰ ਇਹ ਗੱਲ ਮੈਂ ਕਹਿਣੀ ਚਾਹੁੰਦਾ ਵੀ ਪੰਜਾਬ ਜੇ ਇੱਥੋਂ ਟੁੱਟਿਆ ਤਾਂ ਬਹੁਤ ਪਿੱਛੇ ਚਲਾ ਜਾਊਗਾ ਚਲੋ ਇਹ ਨਹੀਂ ਵੀ ਖਤਮ ਹੋ ਜਾਾਂਗੇ 2% ਪੰਜਾਬੀ ਹੈ ਤਰਾਸਦੀ ਇਸ ਮੁਲਕ ਦੀ ਕੀ ਹੈ ਆਖੇ ਸਣੀ ਦੇওল ਕਹਿੰਦਾ ਜੀ ਹਿੰਦੁਸਤਾਨ ਜਿੰਦਾਬਾਦ ਹੈ ਜਿੰਦਾਬਾਦ ਥਾ ਜਿੰਦਾਬਾਦ ਰਹੇਗਾ ਉਹਨੂੰ ਕਹਿੰਦੇ ਜੀ ਪੰਜਾਬ ਦਾ ਪੁੱਤ ਹੈ ਤੇ ਜਦੋਂ ਪੰਜਾਬ ਜਿੰਦਾਬਾਦ ਦੀ ਵਾਰੀ ਆਈ ਉਹਦਾ 2.5 ਕਿਲੋ ਦੇ ਹੱਥ ਤੋਂ ਇੱਕ ਉਂਗਲੀ ਇਹ ਨਹੀਂ મોદી ਨੂੰ ਕਿਹਾ ਗਿਆ ਇਦਾਂ ਖੜਾ ਕਰਕੇ ਵੀ ਨਹੀਂ ਮੈਂ ਉਸ ਪੰਜਾਬ ਤੋਂ ਆਇਆ ਉਹਨਾਂ ਪੰਜਾਬੀਆਂ ਨੇ ਮੈਨੂੰ ਜਿਤਾ ਕੇ ਗਰਦਾਸਪੁਰ ਵਾਲਿਆਂ ਨੇ ਭੇਜਿਆ ਆਪਾਂ ਇਹਨਾਂ ਬਿੱਲਾਂ ਦਾ ਬਾਈਕਾਟ ਕਰ ਦਈਏ ਇੱਥੇ ਬੁਲਾ ਰਹੇ ਆ ਕਿ ਬਹੁਤ ਬੋਲਣਗੇ ਇਦਾਂ ਜੀ ਉਦਾਂ ਜੀ ਗੱਲ ਇਦਾਂ ਨਹੀਂ ਹੋਣੀ ਇਹ ਗੱਲ ਹੋੜਾ ਬਾਕੀਆਂ ਦੇ ਤਾਂ ਪੈਰ ਲੱਗਣ ਦਿੰਦਾ ਨਹੀਂ મોદી ਸਣੀ ਦੇ올 ਤਾਂ ਉਹਨੂੰ ਬਹੁਤ ਨੇੜਿਓਂ ਜਾਣਦਾ ਨਾ ਉਹ ਤਾਂ ਕਹਿ ਹੀ ਸਕਦਾ ਸੀ ਪੰਜਾਬੀ ਹੋਣ ਦਾ ਫਰਜ਼ ਤਾਂ ਤਾਂ ਕਰਦਾ ساری ਜ਼ਿੰਦਗੀ ਧਰਮਿੰਦਰ ਨੂੰ ਕਹਿੰਦੇ ਰਹੇ ਪੰਜਾਬ ਦਾ ਪੁੱਤ ਐ ਸ਼ੇਰ ਪੁੱਤ ਐ ਸਣੀ ਦੇ올 ਨੂੰ ਕਹਿੰਦੇ ਰਹੇ মিডিਆ ਸਾਡੀ ਨਹੀਂ ਗੱਲ ਸੁਣਦਾ ਇਹ ਗੁਰਦਾਸਪੁਰ ਇੱਥੇ ਲੋਕ ਲੈ ਬਾਬੇ ਦੀ ਸਾਡੇ ਭਰਾ ਦੀ ਗੁਰੂ ਰੰਧਾਵੇ ਨਾਲ ਬਹੁਤ ਮਿੱਤਰਤਾ ਹੈ ਬੂਟਬਾਟ ਵੀ ਆਏ ਨੇ ਪਿੱਛੇ ਜਿਹੋਨੇ ਆਪਦੇ ਲਾਂਚ ਕੀਤੇ ਆ ਕੰਪਨੀ ਕੋਈ ਤਾਂ ਜਦੋਂ ਨੈਸ਼ਨਲ মিডিਆ ਸਾਡੀ ਗੱਲ ਨਹੀਂ ਸੁਣਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਗੁਰੂ ਰੰਧਾਵੇ ਨੇ ਭਰਾ ਨੇ ਸਾਡੇ ਨੇ ਇੱਕ ਪੋਸਟ ਵੀ ਪਾਈ ਹੋਵੇ ਕਿ ਉਹ ਪੰਜਾਬ ਦਾ ਨਹੀਂ ਜੇ ਉਹ ਦਿੱਲੀ ਰਹਿਣ ਲੱਗ ਗਿਆ ਤਾਂ ਇਹਦਾ ਮਤਲਬ ਇਹ ਥੋੜੀ ਆ ਵੀ ਉਹਦੇ ਦਿਲ ਚੋਂ ਪੰਜਾਬ ਲਈ ਥਾਂ ਮੋਗ ਗਈ ਸਾਡੇ ਲਈ ਤਾਂ ਉਹ ਮੀਡੀਆ ਬਣ ਸਕਦਾ ਨਾ ਕਿਉਂਕਿ ਉਹਨੂੰ ਤਾਂ ਪਿੱਟ ਬੁੱਲ ਵੀ ਫੋਲੋ ਕਰਦਾ ਆਦਿਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕੌਣ ਹੈ ਪਿੱਟ ਬੁੱਲ ਨੈਸ਼ਨਲ ਮੀਡੀਆ ਉਹਨੂੰ ਫੋਲੋ ਕਰਦਾ ਮਾੜੇ ਚੈਨਲ ਨਾਲੋਂ ਵੱਡਾ ਦਾ ਗੁਰੂ ਰੰਧਾਵਾ ਜੇ ਚਾਰ ਪੋਸਟਾਂ ਪਾ ਦਿੰਦਾ ਲੋਕਾਂ ਦੀ ਅੱਖਾਂ ਖੁੱਲ ਜਾਣੀਆਂ ਸੀ ਵੀ ਇਹ ਹੋ ਕੀ ਗਿਆ ਤਾਂ ਤੁਸੀਂ ਉਹਨੂੰ ਕਹੋ ਨਾ ਮੈਸੇਜ ਕਰਕੇ ਕਿ ਭਰਾਵਾ ਤੂੰ ਗਰਦਾਸਪੁਰ ਦਾ ਲੋਕਲ ਐ ਤੂੰ ਚਲੋ ਹਰ ਇੱਕ ਬੰਦੇ ਦੀਆਂ ਮਜਬੂਰੀਆਂ ਨੇ ਨਹੀਂ ਆ ਸਕਦਾ ਅਸੀਂ ਨਹੀਂ ਕਹਿੰਦੇ ਸਾਡੇ ਨਾਲ ਇੱਥੇ ਆ ਕੇ ਲੋਕਲ ਲੜੇ ਪਰ ਬੋਲ ਤਾਂ ਸਕਦਾ ਹੈ ਬੋਲਣ ਲੱਗੇ ਤਾਂ ਕੀ ਮੁੱਲ ਲੱਗਦਾ ਅੱਜ ਬੱਚਾ ਬੱਚਾ ਬੋਲਦਾ 14 ਸਾਲ ਦੇ ਨੌਜਵਾਨ ਤੋਂ ਲੈ ਕੇ 95 ਸਾਲ ਦਾ ਬਾਬਾ ਤੁਸੀਂ ਵੀਡੀਓ ਦੇਖੀ ਹੋਣੀ ਜੀ ਜੋ ਕਹਿੰਦਾ ਵੀ ਪੰਜ ਚਾਰਾਂ ਨੂੰ ਤਾਂ ਨਾਲ ਲੈ ਕੇ ਮਰੂੰਗਾ ਫਿਰ ਉਹਦੇ ਕੀ ਹੱਥਾਂ ਨੂੰ ਜਿੰਦਾ ਲੱਗਿਆ ਹੋਇਆ ਇੱਕ ਪੋਸਟੀ ਟਾਈਪ ਕਰਨੀ ਆ ਕਰ ਦਵੇ ਨਾ ਦੁਨੀਆ ਸੁਣੂਗੀ ਵੱਡੇ ਪੱਦਰ ਤੇ ਸੁਣੂਗੀ ਪਰ ਕਾਰਨ ਕੀ ਹੈ ਉਤੋਂ ਤੋਂ ਈਆਂ ਵੀ ਚੱਕ ਦੇਾਂਗੇ ਗੱਟ ਦੇਾਂਗੇ ਮਾਰ ਦੇਾਂਗੇ ਧਰ ਦੇਾਂਗੇ ਹੋਣਾ ਕੁਛ ਨਹੀਂ ਚੱਕਦੇ ਚੱਕਦੇਆਂ ਜੋ ਕੀ ਹੋਣਾ ਸਿਆਸੀ ਲੀਡਰਾਂ ਨੇ ਆਪਣਾ ਲਾਹਾ ਲੈ ਜਾਣਾ ਤੇ ਤੁਸੀਂ ਬਟੇਰੇ ਵਾਂਗੂ ਝਾਕਦੇ ਹੋ ਨੇ ਰਹਿ ਜਾਣਾ ਬੜੇ ਸ਼ਰਮ ਨਾਲ ਇਹ ਕਹਿਣਾ ਪੈਂਦਾ ਜੇ ਐਤਕੀ ਇਹ ਹੱਲਾ ਸਾਡੇ ਤੋਂ ਨਾ ਸੰਭਿਆ ਗਿਆ ਵੀਰੇ ਸਾਡੇ ਪੱਲੇ ਕੁਛ ਨਹੀਂ ਰਹਿਣਾ ਸੋ ਤਾਂ ਕਰਕੇ ਥੋੜਾ ਜਆ ਹੋਸ਼ ਰੱਖਣਾ ਜ਼ਰੂਰੀ ਹੈ ਨਾਲ ਸਾਨੂੰ ਇਹ ਮੋਰਚਾ ਤੁਸੀਂ ਇੱਥੇ ਲਾਇਆ ਧਰਨਾ ਲਾਇਆ ਧਰਨਿਆਂ ਦਾ ਮਾਹੌਲ ਪੰਜਾਬ ਸ਼ੁਰੂ ਹੋਇਆ ਇੰਨਾ ਦਿਲ ਨੂੰ ਇੱਕ ਸਕੂਨ ਮਿਲਿਆ ਖੁਸ਼ੀ ਮਿਲਿਆ ਕਿ ਜਿੰਨਾ گاਉਣੇ ਵਾਲਿਆਂ ਤੇ ਤੋਹਮ ਤਾਂ ਲੱਗੀ ਹੋਈਆਂ ਸੀ ਵੀ ਇਹਨਾਂ ਨੇ ਯੂਥ ਬਗਾਰਡ ਤਾਂ ਉਹਨਾਂ ਨੇ ਉਹ ਦਾਗ ਧੋਤਾ ਆਪ ਦਾ ਆਪਦਾ ਫਰਜ਼ ਨਿਭਾਤਾ ਸਾਨੂੰ ਫੋਨ ਪਤਾ ਕੀ ਕਹਿ ਕੇ ਆਉਂਦੇ ਨੇ ਤੁਸੀਂ ਕੀ ਲੈਣਾ ਤੁਸੀਂ ਕਿੱਧਰ ਬੜ ਗਏ ਤੁਸੀਂ ਇੱਧਰ ਕਿੱਧਰ ਚੱਲ ਪਏ ਤੁਸੀਂ ਆਪਦੇ ਘਰੇ ਬੈਠੋ ਕਿਉਂ ਬੈਠੋ ਵੀ ਜਿਨ੍ਹਾਂ ਦੇ ਘਰੇ ਅਸੀਂ ਪ੍ਰੋਗਰਾਮ ਲਾਉਣ ਜਾਣਾ ਹੈ ਜਿਨ੍ਹਾਂ ਦੇ ਵਿਆਹਾਂ 'ਚ ਜਾਣਾ ਹੈ ਜਦੋਂ ਉਹਨਾਂ ਦੇ ਘਰੇ ਕੁਛ ਨਹੀਂ ਰਹਿਣਾ ਤਾਂ ਫਿਰ ਸਾਡੇ ਪੱਲੇ ਕੀ ਰਹਿ ਜਾਊਗਾ ਚਲੋ ਕਿਤੇ ਦੀ ਤਾਂ ਗੱਲ ਛੱਡੋ ਕੰਮਕਾਰ ਦੀ ਤਾਂ ਗੱਲ ਹੀ ਨਾ ਕਰੋ ਆਉਣ ਵਾਲੀਆਂ ਨਸਲਾਂ ਨੂੰ ਕੀ ਜਵਾਬ ਦੇਵਾਂਗੇ ਸਾਰੇ ਗੋਣੇ ਵਾਲੇ ਕੈਨੇਡਾ ਸੈੱਟ ਨੇ ਸਭ ਦੇ ਘਰ ਨੇ ਕੈਨੇਡਾ ਸਾਡੇ ਵੀ ਹੈਗੇ ਨੇ ਜਿੰਨੇ ਭਰਾ ਇੱਥੇ ਬੈਠੇ ਨੇ ਉਹਨਾਂ ਦੇ ਵੀ ਹੈਗੇ ਨੇ ਚਲੋ ਜਾ ਬਣਾਗੇ ਉੱਥੇ 20 ਸਾਲ ਬਾਅਦ ਸਾਨੂੰ ਸਾਡੇ ਜਵਾਬ ਪੁੱਛਣਗੇ ਕਿ ਡੈਡੀ ਪੰਜਾਬ 'ਚ ਕਿਉਂ ਨਹੀਂ ਰਹੇ ਆਪਾਂ ਕੀ ਚੱਕਰ ਪੈ ਗਿਆ ਸੀ ਫਿਰ ਕੀ ਜਵਾਬ ਦਵਾਂਗੇ ਇਹ ਜਾਗਦੀ ਹੈ ਜ਼ਮੀਰ ਹਲੇ ਮਰੀ ਨਹੀਂ ਹੈਗੀ ਸੋ ਤਾਂ ਕਰਕੇ ਵੀਰੋ ਏਕੇ ਦੀ ਲੋੜ ਹੈ ਜਦੋਂ ਏਜੰਡਾ ਏਕ ਹੈ ਫਿਰ ਝੰਡਾ ਕਿਉਂ ਨਹੀਂ ਏਕ ਹੈਗਾ ਅੱਜ ਜੇ ਕੋਈ ਪਹਿਲਾ ਧਰਮ ਹੈ ਕਿਸਾਨੀ ਜੇ ਅੱਜ ਕੋਈ ਮੁੱਦਾ ਚੱਕਣਾ ਤਾਂ ਉਹਦਾ ਚੱਕੋ ਨਾ ਅੱਜ ਐ ਕਿਉਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਿਹੜਾ ਇਸ ਮੰਚ ਤੇ ਆ ਕੇ ਤੁਹਾਨੂੰ ਕਹੂਗਾ ਨਾ ਵੀ ਮੈਂ ਮੈਂ ਕਰਵਾ ਕੇ ਦਊਗਾ ਤੁਹਾਡਾ ਮਸਲਾ ਹੱਲ ਮੈਂ ਮਿੱਟੀ ਚੱਕ ਕੇ ਐ ਕਰ ਦੂੰ ਮੈਂ ਆਹ ਕਰ ਦੂੰ ਵੀਰੇ ਯਕੀਨ ਨਾ ਕਰਿਓ ਪਹਿਲੀ ਮੈਂ ਜਿਹੜੇ ਬੰਦੇ ਚ ਆ ਗਈ ਤਾਂ ਤੁਸੀਂ ਇਹ ਸੋਚ ਲਓ ਵੀ ਉਹ ਲੀਡਰੀ ਵੱਲ ਨੂੰ ਤੁਰਨ ਲੱਗ ਗਿਆ ਉਹ ਸਿਆਸੀ ਬੋਲੀ ਬੋਲਣ ਲੱਗ ਗਿਆ ਤੇ ਦੂਜੇ ਨੰਬਰ ਤੇ ਜਿਹਨੇ ਸੌਂ ਖਾ ਲਈ ਵੀ ਮੈਂ ਸੌਂ ਖਾ ਲੈਣਾ ਤੇ ਸੌਹਾਂ ਜਿਹੜਿਆ ਨੇ ਪਹਿਲਾਂ ਖਾਈਆਂ ਨੇ ਉਹਨਾਂ ਨੇ ਤੁਹਾਨੂੰ ਕੀ ਦਿੱਤਾ ਆਪਾਂ ਮੋਦੀ ਮੋਦੀ ਕਰੀ ਜਣਿਆ ਮੋਦੀ ਨੂੰ ਟੰਗ ਦੇਾਂਗੇ ਮੋਦੀ ਨੂੰ ਚੰਡ ਦੇਾਂਗੇ ਅੱਜ ਸਵੇਰੇ ਖੜਕੜਕਲਾਂ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਅਸੀਂ ਉੱਥੇ ਸ਼ਰਦਾ ਦੇ ਫੁੱਲ ਭੇਟ ਕਰਨ ਗਏ ਉੱਥੇ ਬੜਨ ਨਹੀਂ ਦਿੱਤਾ ਮੈਨੂੰ ਚਲੋ ਅਸੀਂ ਮੰਨਦੇ ਹਾਂ ਪ੍ਰੋਟੋਕਾਲ ਦਾ ਕੋਈ ਸਿਸਟਮ ਹੁੰਦਾ ਹੈ ਨਹੀਂ ਦਿੱਤਾ 150 ਬੰਦਾ ਪੁਲਿਸ ਵਾਲਾ ਮਲਾਜ਼ਮ ਖੜਾ ਆਖੇ ਜੀ ਮੈਂ ਕਿਹਾ ਜੀ ਮੱਥਾ ਟੇਕਣ ਜਾਣਾ ਜੀ ਕੋਈ ਧਰਨਾ ਨਹੀਂ ਸੀ ਕੋਈ ਰੈਲੀ ਨਹੀਂ ਸੀ ਚਾਰ ਬੰਦੇ ਸੀ ਮੈਂ ਕਿਹਾ ਜੀ ਜਾਣਾ ਕਹਿੰਦੇ ਨਹੀਂ ਜਾ ਸਕਦੇ ਮੈਂ ਕਿਹਾ ਜੀ ਕਿਉਂ ਨਹੀਂ ਜਾ ਸਕਦੇ ਕਹਿੰਦੇ ਜੀ ਵੀਆਈਪੀ ਲਾਈਨ ਹੈ ਮੈਂ ਕਿਹਾ ਜੀ ਹੱਥ ਬੰਦਿਆ ਸਾਨੂੰ ਆਮ ਬੰਦੇ ਵਾਲੀ ਲਾਈਨ ਦੱਸ ਤੁਸੀਂ ਉਧਰੋਂ ਜਾਵੜਾਂਗੇ ਕਹਿੰਦੇ ਆਮ ਵਾਲੀ ਕੋਈ ਲਾਈਨ ਨਹੀਂ ਹੈਗੀ 1 ਵਜੇ ਤੱਕ ਵੀਆਈਪੀ ਰਹਿਣਗੇ ਉਸ ਤੋਂ ਬਾਅਦ ਤੁਸੀਂ ਮੱਥਾ ਟੇਕੋਗੇ ਕਾਮ ਸੇ ਕਾਮ ਤੁਸੀਂ ਭਗਤ ਸਿੰਘ ਦੇ ਸਥਾਨ ਨੂੰ ਤਾਂ ਛੱਡੋ ਨਾ ਬਾਕੀ ਤਾਂ ਤੁਸੀਂ ਸਿਆਸਤਾਂ ਕਰੀ ਚੱਲੋ ਜਮ ਜਮ ਕਰੀ ਚੱਲੋ ਸਾਨੂੰ ਕੋਈ ਫਰਕ ਨਹੀਂ ਪੈਂ ਕਰੋ ਅਸੀਂ ਕਦੇ ਰੋਕਿਆ ਤੁਹਾਨੂੰ ਨਾ ਸਾਡੇ ਕਿਸੇ ਤੇ ਰੁਕਣਾ ਹੈ ਪਰ ਉਹ ਸਥਾਨਕ ਕੱਲਾ ਭਗਤ ਸਿੰਘ ਥੋੜਾ ਥੋੜੀ ਹੈ ਉਹ ਤਾਂ ਹਿੰਦੁਸਤਾਨ ਦਾ ਜੇ ਅੱਜ ਅਸੀਂ ਇਸ ਆਜ਼ਾਦ ਹਵਾ ਚ ਸਾਹ ਲੈਨੇ ਆ ਤਾਂ ਉਹ ਸਿਰਫ ਉਹਦੀ ਦੇਣ ਹੈ ਉਹ ਸੂਰਮੇ ਦੀ ਅੱਜ ਜੇ ਪੰਜਾਬ ਦੀ ਜਵਾਨੀ ਨੂੰ ਜੋਸ਼ ਚੜਦਾ ਵੀ ਹਾਂ ਯਾਰ ਕੁਝ ਕਰੀਏ ਅੱਦੇ ਨੌਜਵਾਨਾਂ ਨੂੰ ਥੋੜੇ ਜੋ ਪਤਾ ਵੀ ਨਹੀਂ ਹੋਣਾ ਵੀ ਹੋ ਕੀ ਗਿਆ ਪਰ ਉਹਨਾਂ ਨੂੰ ਇਹ ਆ ਵੀ ਸਾਡੇ ਤੋਂ ਸਾਡੇ ਖੇਤ ਖੋ ਰਹੇ ਆ ਤਾਂ ਕੁਝ ਕਰੀਏ ਕਿੱਥੋਂ ਸ਼ੁਰੂ ਕਰਾਂਗੇ ਭਗਤ ਸਿੰਘ ਦੇ ਪਿੰਡ ਤੋਂ ਤੇ ਭਗਤ ਸਿੰਘ ਦੇ ਪਿੰਡ ਤੇ ਦਾ ਆਪਣੇ ਬੰਦੇ ਕਹੀ ਜਾਂਦੇ ਨੇ 1 ਵਜੇ ਤੱਕ ਜੀ ਇੱਥੇ ਵੀਆਈਪੀ ਕਲਚਰ ਚੱਲਣਾ ਹੈ ਉਦੋਂ ਬਾਅਦ 2 ਵਜੇ ਤੱਕ ਉਹ ਅਫਸਰ ਸ਼ਾਹੀ ਆਉਣੀ ਹੈ ਤੇ ਉਦੋਂ ਬਾਅਦ ਆਮ ਬੰਦਾ ਆਊਗਾ ਫੇਰ ਸਾਨੂੰ ਕਿਹੜੇ ਹਿਸਾਬ ਨਾਲ ਕਹਿੰਦੇ ਨੇ ਚੱਕ ਤੋਂ ਚੱਕ ਦੋ ਸੀ ਤੁਹਾਡੇ ਨਾਲ ਸੋ ਬਾਈ ਤੁਸੀਂ ਆਪ ਦਾ ਵਿਚਾਰ ਰੱਖਿਓ ਤੁਸੀਂ ਆਪ ਸਿਆਣੇ ਹੋ